ਇੱਕ ਕਾਰ ਪੈਟਰੋਲ ਪੰਪ ਤੇ ਰੁਕਦੀ ਹੈ ਤੇ ਤੇਲ ਪਵਾਉਣ ਦੇ ਲਈ ਕਿਹਾ ਜਾਂਦਾ ਹੈ ਤੇ 2100 ਰੁਪਏ ਦਾ ਤੇਲ ਜਦ ਕਾਰ ਦੀ ਟੈਂਕੀ ਦੇ ਵਿੱਚ ਪੈ ਜਾਂਦਾ ਹੈ ਤਾਂ ਕਾਰ ਵਾਲੇ ਕਾਰ ਪਜਾ ਕੇ ਲੈ ਜਾਂਦੇ ਨੇ। ਮਾਮਲਾ ਹੈ ਸੰਗਰੂਰ ਦੇ ਪੈਟਰੋਲ ਪੰਪ ਦਾ ਜਿੱਥੇ ਕਿ ਦੇਰ ਰਾਤ ਇਹ ਘਟਨਾ ਵਾਪਰੀ ਹੈ ਤੇ ਇਹ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਤੇ ਇੱਥੇ ਕੰਮ ਕਰਦੇ ਵਿਅਕਤੀ ਨੇ ਕਾਰ ਦੇ ਵਿੱਚ ਤੇਲ ਪਾ ਕੇ ਜਿਉਂ ਹੀ ਨਿਊਜ਼ਲ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਵਾਲੇ ਕਾਰ ਨੂੰ ਲੈ ਕੇ ਫਰਾਰ ਹੋ ਗਏ। ਉਹ ਵਿਅਕਤੀ ਕਾਰ ਪਿੱਛੇ ਭੱਜਿਆ ਵੀ ਤੇ ਉਸ ਦੇ ਮੁਤਾਬਿਕ ਉਸ ਨੇ ਇੱਕ ਟੱਕਣ ਵੀ ਮਾਰਿਆ ਤੇ ਜਿਸ ਕਾਰਨ ਉਸ ਦਾ ਪਿਛਲਾ ਲਾਈਟ ਦਾ ਸ਼ੀਸ਼ਾ ਵੀ ਟੁੱਟਿਆ। ਪੈਟਰੋਲ ਪੰਪ ਦੇ ਮਾਲਕ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 2 ਸਾਲਾਂ ਦੇ ਵਿੱਚ ਇਹ 5ਵੀਂ ਵਾਰਦਾਤ ਹੈ ਤੇ ਸਾਡੇ ਪੈਟਰੋਲ ਪੰਪ ਉੱਤੇ ਹਾਲੇ ਤੱਕ ਕਿਸੇ ਵੀ ਵਾਰਦਾਤ ਦੇ ਆਰੋਪੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਅਸ਼ੋਕ ਜੀ, ਕੀ ਰਾਤ ਕੀ ਗੱਲਬਾਤ ਹੋਈ ਹੈ, ਕਿੰਨੇ ਕੁ ਵਜੇ ਦੀ ਗੱਲ ਹੈ? 9:45 2100 ਰੁਪਏ ਦਾ ਜੀ, 9:45 ਵਜੇ ਦੇ ਕਰੀਬ ਹੁੰਦਾ ਟਾਈਮ ਸੀ। ਉਹਨੇ ਤੇਲ ਪਵਾ ਕੇ ਗੱਡੀ ਭੱਜ ਗਈ। ਕਿਹੜੀ ਗੱਡੀ ਸੀ? ਉਹ ਡਰੂ ਗੱਡੀ ਸੀ। ਕੋਈ ਨਹੀਂ ਨਿਕਲਿਆ ਬਾਹਰ, ਤੇਲ ਪਵਾ ਕੇ ਬਸ ਟੱਕਣ ਲੱਗੇ, ਲਾਉਣ ਭੱਜ ਗਏ। ਹਾਂ, ਉਹਦੇ ਟੱਕਣ ਮਾਰਿਆ, ਉਹਦਾ ਗੱਡੀ ਦਾ ਲਾਈਟ ਟੁੱਟ ਗਈ, ਭੱਜ ਗਿਆ। ਇਹ ਬਸ ਇਹੀ ਕਹਿਣਾ ਚਾਹੁੰਦੇ ਸੀ ਵੀ ਜਿਹੜੀ ਵੀ ਵਾਰਦਾਤ ਹੁੰਦੀ ਹੈ ਬਹੁਤ ਜ਼ਿਆਦਾ, 3-4 ਵਾਰ ਹੋ ਗਈ ਸਾਡੇ ਨਾਲ ਇੱਥੇ, ਅਤੇ ਕੋਈ ਇਸ 'ਤੇ ਐਕਸ਼ਨ ਉਕਸ਼ਨ ਨਹੀਂ ਹੁੰਦਾ, ਕੋਈ ਨਹੀਂ। ਹਰ ਵਕਤ ਅੱਜ ਕੱਲ੍ਹ ਹੋਰ ਜ਼ਿਆਦਾ ਰਾਤ ਨੂੰ ਕੰਮ ਕਰਨਾ ਬਹੁਤ ਔਖਾ ਹੋ ਗਿਆ, ਜੋ ਵੀ ਆਉਂਦਾ ਪਰੇਸ਼ਾਨ ਨਹੀਂ ਕਰਦਾ ਜੀ। ਪੁਲਿਸ PCR ਵਾਲੇ ਸੀ ਬਾਅਦ 'ਚ ਇਹ ਰਾਤ ਸਾਡੇ, ਫਿਰ ਇੱਕ ਕਾਰ ਆਈ, ਕਰੂਜ਼ ਗੱਡੀ ਸੀਗੀ, ਉਹਨੇ ਰਾਤ ਤੇਲ ਪਾਉਣ ਵਾਸਤੇ ਆਈ, ਮੁੰਡਾ ਉੱਥੇ ਤੇਲ ਪਾ ਕੇ ਗਿਆ ਹੀ ਹੈ, ਪਾਉਣ ਲੱਗੀ ਹੈ ਤਾਂ ਉਹਨੇ ਨਾਲ ਤੇਲ ਪਵਾ ਕੇ ਨਾਲ ਦਾ ਗੱਡੀ 'ਤੇ ਸਲਫ ਮਾਰਿਆ, ਗੱਡੀ ਭੱਜ ਗਈ ਜੀ ਰਾਤ। ਇਹ ਸਾਡੇ ਅੱਜ ਇੱਕ ਪਹਿਲਾ ਵਾਕਾ ਨਹੀਂ ਹੈਗਾ, 2 ਸਾਲਾਂ 'ਚ 4th-5th ਵਾਰ ਦਾ ਵਾਕਾ ਹੈਗਾ। ਅੱਜ ਤੋਂ 2 ਸਾਲ ਪਹਿਲਾਂ ਸਾਡੇ ਨਵਾਂ ਪੰਪ ਜਿਹੜਾ ਇੱਧਰ HP ਦਾ ਪੰਪ ਲਾਇਆ ਹੋਇਆ, ਉੱਥੋਂ ਬੱਚਾ ਆਪਦਾ ਹਿਸਾਬ ਲੈ ਕੇ ਅਤੇ ਸਮਾਨ ਕਲੋਨੀ ਦੇ ਵਿੱਚ ਦੀ ਆਇਆ ਅਤੇ 1,43,000 ਰੁਪਇਆ ਖੋ ਕੇ ਲੈ ਗਏ ਸੀਗੇ ਉਸ ਵੇਲੇ ਵੀ। ਉਹ ਵੀ 2 ਸਾਲ ਹੋ ਗਏ, ਅੱਜ ਤੱਕ ਸਾਡੀ ਨਾ ਰਿਕਵਰੀ ਹੋਈ ਹੈ ਨਾ ਕੋਈ ਬੰਦੇ ਫੜੇ ਗਏ ਜੀ। ਇੰਨਾ ਬੁਰਾ ਹਾਲ ਹੈ, ਅਸੀਂ ਜਿਹੜਾ ਵੀ ਹੈਗਾ ਜੀ, ਅਸੀਂ ਤਾਂ ਜਿਹੜੀ ਪਹਿਲਾਂ ਅਸੀਂ ਮਾਨ ਸਾਹਿਬ ਦੀ ਸਰਕਾਰ ਨੂੰ ਵੋਟ ਦੇਖਦੇ ਹੋਏ ਵੋਟਾਂ ਪਾਈਆਂ ਸੀਗੀਆਂ, ਅੱਜ ਤੱਕ ਕਿਸੇ ਨੂੰ ਵੀ ਕੋਈ ਇਨਸਾਫ਼ ਨਹੀਂ ਹੋਇਆ, ਉਦੋਂ ਹੀ ਜ਼ਿਆਦਾ ਗੁੰਡਾ ਗਰਦੀ ਵਧੀ ਪਈ ਹੈ ਜੀ। ਹਾਂਜੀ, ਰਾਤ 2100 ਦਾ ਪਵਾ ਕੇ ਗਿਆ, ਅੱਜ ਇਹ 5ਵਾਂ 6ਵਾਂ ਵਾਕਾ ਹੈਗਾ ਸਾਡੇ ਪੰਪਾਂ 'ਤੇ। ਅਸੀਂ ਤਾਂ ਕਹਿੰਦੇ ਜੇ ਇੱਦਾਂ ਹੀ ਹਾਲਤ ਖਰਾਬ ਹੋਏ ਅਸੀਂ ਆਪਣੇ ਵਪਾਰ ਬੰਦ ਕਰਕੇ ਇੱਥੋਂ ਛੱਡ ਕੇ ਚਲੇ ਜਾਵਾਂਗੇ, ਇਹੀ ਹਾਲ ਹੈ। ਝੂਠੇ ਪਰਚੇ ਸਭ 'ਤੇ ਦਰਜ ਹੋਈ ਜਾਂਦੇ ਨੇ, ਜਿਹੜੇ ਲੁਟੇਰੇ ਨੇ ਉਹਨਾਂ ਨੂੰ ਕਿਸੇ ਨੂੰ ਫੜਿਆ ਨਹੀਂ ਜਾਂਦਾ। ਇਹ ਤਾਂ ਮੈਂ MLA ਭਰਾ ਸਾਹਿਬ ਨੂੰ ਵੀ ਕਹਿਣਾ ਵੀ ਭਰਾਜ ਮੈਡਮ, ਸਾਨੂੰ ਮੈਨੂੰ 1976 ਦਾ ਪੰਪ ਲੱਗਿਆ ਹੋਇਆ ਹੈਗਾ ਸਾਡੇ ਪੰਪ ਦਾ, ਜਿਹਦੇ ਪਹਿਲਾਂ ਕਦੇ ਸਾਡਾ ਕੋਈ ਵਾਕਿਆ ਨਹੀਂ ਹੋਏ ਸੀਗੇ, ਜੇ ਹੁਣ 2 ਸਾਲਾਂ 'ਚ ਸਾਡੇ ਪੰਪਾਂ 'ਤੇ ਲੋਕਾਂ ਨੂੰ ਰਹਿਣਾ ਦੁੱਬਰ ਹੋ ਰਿਹਾ, ਵਪਾਰ ਦਾ ਕੀ ਹਾਲ ਹੋਇਆ ਪਿਆ ਹੈਗਾ। ਜਗਬਾਣੀ TV ਲਈ ਅਨਿਲ ਜੈਨ ਦੀ ਰਿਪੋਰਟ।